ਆਦਤਾਂ ਜਿਹੜੀਆਂ ਆ ਉਹ ਜਾਂ ਤਾਂ ਥੋੜ੍ਹਾ ਸ਼ਰਮਾਕਲ ਸੁਭਾਅ ਦੀਆਂ ਹੁੰਦੀਆਂ ਆ ਔਰ ਜਾਂ ਉਹ ਆਪਣੇ ਆਪ ਨੂੰ ਖੁੱਲ੍ਹੇ ਤੌਰ 'ਤੇ ਅੱਗੇ ਨਹੀਂ ਲਿਆਉਣਾ ਚਾਹੁੰਦੀਆਂ ਜਾਂ ਉਹਨਾਂ ਦੀ ਫੈਮਿਲੀ ਬੈਕਗਰਾਊਂਡ ਕੁਛ ਇਸ ਤਰ੍ਹਾਂ ਦੀ ਹੁੰਦੀ ਆ ਵੀ ਉਹਨਾਂ ਨੂੰ ਥੋੜ੍ਹਾ ਦਬਾ ਕੇ ਰੱਖਿਆ ਜਾਂਦਾ ਆ। ਸੱਚ ਹੀ ਕਿਸੇ ਨੇ ਕਿਹਾ ਆ ਜੇਕਰ ਇੱਕ ਲੜਕਾ ਪੜ੍ਹਦਾ ਆ ਤਾਂ ਸਿਰਫ ਉਹ ਲੜਕਾ ਹੀ ਪੜ੍ਹਦਾ, ਜੇਕਰ ਇੱਕ ਔਰਤ ਪੜ੍ਹਦੀ ਆ ਇੱਕ ਬੇਟੀ ਪੜ੍ਹਦੀ ਆ ਤਾਂ ਉਸ ਘਰਾਣੇ ਨੂੰ ਬਰਕਤ ਮਿਲਦੀ, ਉਹ ਘਰਾਣਾ ਪੂਰਾ ਪੜ੍ਹ ਜਾਂਦਾ। ਖੁਦਾਵੰਦ ਦੇ ਮੁਬਾਰਕ ਅਜ਼ੀਮ ਜਲਾਲੀ ਨਾਮ ਵਿੱਚ ਸਲਾਮ ਜੈ ਮਸੀਹੀ ਔਰ ਵੈਲਕਮ ਟੂ ਦ ਪ੍ਰੋਗਰਾਮ ਜੀ ਆਇਆਂ ਨੂੰ। The Old Testament speaks of several women who dedicated their time, homes, vocation, and unselfish service to God's church, setting an example for today's women. Indeed, the Holy Scriptures in Galatians chapter 3 verse 28 recognizes that in Christ and thus in His service, men and women are of equal value. ਅੱਜ ਮੇਰੇ ਮਹਿਮਾਨ ਹੈ ਇਵੈਂਜਲਿਸਟ ਰਿਬਕਾ ਜੀ, ਜਿਨ੍ਹਾਂ ਨੂੰ ਮਿਲ ਕੇ ਤੁਸੀਂ ਬੜੇ ਖੁਸ਼ ਹੋਵੋਗੇ ਔਰ ਤੁਸੀਂ ਬੜੀ ਬਰਕਤ ਪਾਓਗੇ। ਅੱਜ ਆਪਾਂ ਉਹਨਾਂ ਨਾਲ ਗੱਲਾਂ ਬਾਤਾਂ ਵੀ ਕਰਨੀਆਂ ਹੈਗੀਆਂ ਔਰ ਖੁਦਾ ਦਾ ਕਲਾਮ ਵੀ ਉਹਨਾਂ ਤੋਂ ਹੀ ਸੁਣਨਾ ਹੈਗਾ। ਜੈਮਸੀ ਕੀ ਕੀ ਹਾਲ ਹੈ? ਹਾਂਜੀ, ਅਸੀਂ ਬਿਲਕੁਲ ਠੀਕ ਹੈ, ਤੁਸੀਂ ਦੱਸੋ? ਤੁਸੀਂ ਬਿਲਕੁਲ ਠੀਕ ਹੈ, ਖੁਦਾ ਦਾ ਸ਼ੁਕਰ ਹੈਗਾ। ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ, ਤੁਸੀਂ ਮੈਨੂੰ ਇਨਵਾਈਟ ਕੀਤਾ ਔਰ ਖੁਦਾ ਦਾ ਵਚਨ ਜਿਹੜਾ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਬਾਅਦ ਵਿੱਚ। ਅਤੇ ਅਸੀਂ ਰਲ ਕੇ ਅੱਜ ਖੁਦਾ ਦੇ ਬਾਰੇ ਵਿੱਚ ਬਹੁਤ ਸਾਰੀਆਂ ਗੱਲਾਂ ਸਿੱਖਾਂਗੇ। ਬਿਲਕੁਲ ਬਿਲਕੁਲ, ਸ਼ੁਰੂਆਤ ਤੋਂ ਪਹਿਲਾਂ ਇੱਦਾਂ ਕਰਦੇ ਹੈਗੇ ਕਿ ਰਿਪਾ ਜੀ ਤੁਸੀਂ ਛੋਟੀ ਜਿਹੀ ਦੁਆ ਕਰੋ ਕਿ ਜਿੰਨੇ ਵੀ ਸਰੋਤੇ ਇਸ ਵੇਲੇ ਆਪਣੇ ਨਾਲ ਜੁੜੇ ਹੈਗੇ ਆ ਕਿ ਉਹ ਬਰਕਤ ਪਾਉਣ। ਹਾਲੇਲੂਇਆ ਹਾਲੇਲੂਇਆ, ਪ੍ਰੇਜ਼ ਦ ਲਾਰਡ। ਖੁਦਾਵੰਦ ਯਿਸੂ ਮਸੀਹ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਇਸ ਮੌਕੇ ਵਾਸਤੇ ਜੋ ਤੁਸੀਂ ਇਸ ਵਕਤ ਸਾਨੂੰ ਇੱਥੇ ਆਉਣ ਦੇ ਲਈ ਮੌਕਾ ਬਖਸ਼ਿਆ ਔਰ ਆਪਣੇ ਵਚਨ ਨੂੰ ਸਾਰੇ ਲੋਕਾਂ ਤੱਕ, ਪੂਰੀ ਦੁਨੀਆ ਤੱਕ ਸ਼ੇਅਰ ਕਰਨ ਦੇ ਲਈ ਮੌਕਾ ਵੀ ਬਖਸ਼ਿਆ, ਇਸ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਔਰ ਪਿਤਾ ਪਰਮੇਸ਼ੁਰ ਜੀ, ਇਸ ਅੱਗੇ ਦਾ ਪ੍ਰੋਗਰਾਮ ਸਾਰਾ ਅਸੀਂ ਤੁਹਾਡੇ ਹੱਥ ਵਿੱਚ ਦਿੰਦੇ ਹਾਂ, ਜੋ ਵੀ ਗੱਲਬਾਤ ਹੋਵੇ ਤੁਹਾਡੀ ਵੱਲੋਂ ਹੋਵੇ, ਔਰ ਸੁਣਨ ਵਾਲਿਆਂ ਨੂੰ ਵੀ ਹੋਰ ਵੀ ਸਮਝ ਬਖਸ਼ਣਾ ਤਾਂ ਕਿ ਸਾਡੇ ਵਚਨਾਂ ਨੂੰ ਉਹ ਅੱਛੀ ਤਰ੍ਹਾਂ ਸਮਝ ਸਕਣ, ਮੰਗਦੇ ਹਾਂ ਪਿਆਰੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੀਨ ਆਮੀਨ। ਰਿਬਕਾ, ਪੰਜਾਬੀ ਤੁਹਾਡਾ ਜਿਹੜਾ ਐਕਸੈਂਟ ਹੈ ਇਹ ਕਿੱਥੇ ਦਾ ਬਈ? ਇਹ ਦੁਆਬੇ ਦਾ। ਦੁਆਬੇ ਦਾ? ਹਾਂਜੀ, ਠੀਕ ਹੈ। ਕਿੱਥੋਂ ਤੁਸੀਂ? ਮੈਂ ਪੰਜਾਬ ਤੋਂ ਬਿਲੋਂਗ ਕਰਦੀ ਹਾਂ, ਜਲੰਧਰ ਦੇ ਏਰੀਏ ਦੇ ਵਿੱਚ ਸਾਡਾ ਜਿੱਦਾਂ ਛੋਟਾ ਜਿਹਾ ਪਿੰਡ, ਬੜਾ ਪਿੰਡ ਉੱਥੇ ਬੋਰਨ ਹੈਗਾ, ਛੋਟਾ ਪਰ ਵੱਡਾ। ਅੱਛਾ, ਪੈਦਾਇਸ਼ ਉੱਥੇ ਹੋਈ ਹੈ? ਹਾਂਜੀ। ਅੱਛਾ, ਆਪਣੇ ਬਾਰੇ ਦੱਸੋ ਫਿਰ ਕਿ ਕਿੱਦਾਂ ਤੁਸੀਂ ਕਿਸ ਘਰਾਣੇ ਦੇ ਵਿੱਚ ਪੈਦਾ ਹੋਏ, ਔਰ ਸਾਨੂੰ ਦੱਸੋ ਆਪਣੇ ਭੈਣ ਭਰਾਵਾਂ ਬਾਰੇ, ਮਮ ਡੈਡ ਬਾਰੇ। ਸ਼ੁਰੂਆਤ ਦੇ ਵਿੱਚ ਮੈਂ ਤੁਹਾਨੂੰ ਗਲੀਆਂ ਦੇ ਵਿੱਚ ਲੈ ਜਾਂਦਾ ਹੈਗਾ, ਵੱਡੇ ਪਿੰਡ ਦੇ ਵਿੱਚ, ਤਾਂ ਤੁਸੀਂ ਸਾਨੂੰ ਦੱਸੋ। ਜੀ ਜ਼ਰੂਰ। ਔਰ ਮੇਰੀ ਇਹ ਬਹੁਤ ਵੱਡੀ ਖੁਸ਼ਕਿਸਮਤੀ ਆ ਕਿ ਮੈਂ ਇੱਕ ਵਿਸ਼ਵਾਸੀ ਪਰਿਵਾਰ ਵਿੱਚ ਪੈਦਾ ਹੋਈ। ਮੇਰੇ ਮਦਰ ਫਾਦਰ ਉਹ ਇੱਕ ਵਿਸ਼ਵਾਸੀ ਫੈਮਿਲੀ ਨਾਲ ਬਿਲੋਂਗ ਕਰਦੇ ਸੀ, ਔਰ ਮੇਰੇ ਮਦਰ ਜਿਹੜੇ ਆ ਉਹ ਇਸ ਟਾਈਮ ਇਸ ਦੁਨੀਆ ਵਿੱਚ ਨਹੀਂ ਆ, ਉਹ ਖੁਦਾ ਨੂੰ, ਖੁਦਾ ਕੋਲ ਚਲੇ ਗਏ ਆ। ਪਰ ਉਹਨਾਂ ਨੇ ਸਾਡੀ ਜਿਹੜੀ ਨੀਂਹ ਆ ਉਹ ਬਹੁਤ ਮਜ਼ਬੂਤ ਰੱਖੀ। ਉਹਨਾਂ ਨੇ ਸਾਨੂੰ ਖੁਦਾ ਦੇ ਵਚਨ ਦੇ ਨਾਲ ਇੰਨਾ ਕੁਛ ਸਿਖਾਇਆ ਕਿ ਅਸੀਂ ਅੱਜ ਤੱਕ ਆਪਣੀ ਲਾਈਫ ਦੇ ਵਿੱਚ ਕਦੀ ਵੀ ਆਪਣੇ ਕਦਮ ਡਗਮਗਾਏ ਨਹੀਂ, ਔਰ ਖੁਦਾ ਦੇ ਵਚਨ ਦੇ ਅਕੋਰਡਿੰਗਲੀ ਅਸੀਂ ਆਪਣੀ ਲਾਈਫ ਨੂੰ ਜਿਹੜਾ ਆ ਉਹ ਜੀ ਰਹੇ ਹਾਂ, ਔਰ ਖੁਦਾ ਦੇ ਵਚਨ ਨੂੰ ਸੁਣ ਕੇ ਹੀ ਆਪਣੀ ਜਿਹੜੀ ਜ਼ਿੰਦਗੀ ਆ ਉਹ ਅੱਗੇ ਵਧਾ ਰਹੇ ਹਾਂ। ਔਰ ਮੇਰੇ ਫਾਦਰ ਉਹ ਵੀ ਖੁਦਾ ਦੇ ਵਚਨ 'ਚ ਬਹੁਤ ਵਿਸ਼ਵਾਸ ਰੱਖਣ ਵਾਲੇ ਸੀ। ਉਹਨਾਂ ਨੇ ਬਾਈਬਲ ਕੋਰਸ ਵੀ ਕੀਤਾ, ਔਰ ਉਹਨਾਂ ਨੇ ਸਾਡੀ ਗਾਈਡੈਂਸ ਜਿਹੜੀ ਸਾਨੂੰ ਦਿੱਤੀ ਹੈ ਉਹ ਬਾਈਬਲ ਦੇ ਅਕੋਰਡਿੰਗਲੀ ਹੀ ਸਾਨੂੰ ਚੱਲਣ ਦੇ ਲਈ ਉਹਨਾਂ ਨੇ ਅੱਜ ਤੱਕ ਸਾਨੂੰ ਗਾਈਡੈਂਸ ਦੇ ਰਹੇ ਆ। ਔਰ ਮੇਰੇ ਬ੍ਰਦਰ ਔਰ ਸਿਸਟਰਸ ਉਹ ਜਿਹੜੇ ਉਹ ਬਿਲਕੁਲ ਹੀ ਖੁਦਾ ਦੇ ਬਹੁਤ ਕਰੀਬ ਹਨ। ਮੇਰੀ ਛੋਟੀ ਸਿਸਟਰ ਜਿਹੜੀ ਆ ਉਹ ਖੁਦਾ ਦੇ ਵਿੱਚ ਇੰਨਾ ਜ਼ਿਆਦਾ ਮਜ਼ਬੂਤ ਹੈ, ਖੁਦਾ ਨੇ ਉਸਦੀ ਜ਼ਿੰਦਗੀ ਦੇ ਵਿੱਚ ਇੰਨੀ ਵੱਡੀਆਂ ਗਵਾਹੀਆਂ ਦਿੱਤੀਆਂ ਹਨ, ਔਰ ਉਸ ਦੀ ਵਜ੍ਹਾ ਕਾਰਨ ਪੂਰਾ ਪਰਿਵਾਰ ਜਿਹੜਾ ਆ ਉਹ ਖੁਦਾ ਦੇ ਬਹੁਤ ਨਜ਼ਦੀਕ ਆ ਗਿਆ। ਔਰ ਉਸ ਤੋਂ ਬਾਅਦ ਮੇਰੇ ਬ੍ਰਦਰ ਜਿਹੜਾ ਕਿ ਹਾਰਟ ਦੀ ਪ੍ਰੋਬਲਮ ਦੇ ਨਾਲ ਬਹੁਤ ਜ਼ਿਆਦਾ ਸਫਰ ਸੀ, ਈਵਨ ਉਹ ਸਾਹ ਵੀ ਨਹੀਂ ਲੈ ਸਕਦਾ ਸੀ, ਸਿਰਫ ਡਾਕਟਰ ਕਹਿੰਦੇ ਉਸਦਾ ਆਪਰੇਸ਼ਨ ਵੀ ਨਹੀਂ ਹੋ ਸਕਦਾ, ਅਤੇ ਖੁਦਾ ਦੀਆਂ ਦੁਆਵਾਂ ਦੇ ਨਾਲ ਹੀ ਉਹ ਅਸੀਂ ਅੱਜ ਤੱਕ ਉਸ ਵਿਸ਼ਵਾਸ ਦੇ ਨਾਲ ਉੱਤੇ ਦੁਆਵਾਂ ਕਰਦੇ ਹਾਂ ਅਤੇ ਉਹ ਅੱਜ ਤੱਕ ਜ਼ਿੰਦਾ ਹੈ। ਔਰ ਉਸ ਦੀਆਂ ਬਹੁਤ ਘੱਟ ਦਵਾਈਆਂ ਚੱਲਦੀਆਂ ਹਨ,
ਪਰ ਖੁਦਾ ਦਾ ਉਹ ਕਰਮ ਹੈ, ਖੁਦਾ ਦਾ ਹੱਥ ਹੈ ਜਿਹੜਾ ਆਪਣੇ ਬੱਚਿਆਂ ਨੂੰ ਹਮੇਸ਼ਾ ਸੰਭਾਲ ਕੇ ਰੱਖਦਾ ਹੈ। ਸਰ ਦਾ ਮਤਲਬ ਇੰਡੀਆ ਦੇ ਵਿੱਚ ਤੁਸੀਂ ਘਰਾਨਾ ਤੁਹਾਡਾ ਮਸੀਹੀ ਸੀਗਾ ਔਰ ਤੁਸੀਂ ਪੈਦਾਇਸ਼ ਉੱਥੇ ਲਈ ਔਰ ਮਾਂ ਔਰ ਬਾਪ ਨੇ ਕਾਫੀ ਮਿਹਨਤ ਕਰਕੇ ਤਾਂ ਤੁਹਾਨੂੰ ਇਹ ਤਾਲੀਮ ਦੇ ਕੇ ਤਾਂ ਤੁਹਾਨੂੰ ਬਚਪਨ ਦੇ ਵਿੱਚੋਂ ਸਿਆਣੇ ਤੁਸੀਂ ਹੋ ਗਏ ਹੈ, ਠੀਕ ਹੈ। ਤਾਂ ਮੈਂ ਇਸ ਟੋਪਿਕ ਦੇ ਉੱਤੇ ਹੁਣ ਟੱਚ ਕਰਨਾ ਚਾਹੁੰਦਾ ਹੈਗਾ ਕਿ ਤੁਸੀਂ ਇੱਕ ਇਵੈਂਜਲਿਸਟ ਦਾ ਕੰਮ ਇੰਗਲੈਂਡ ਦੇ ਵਿੱਚ ਸ਼ੁਰੂ ਕੀਤਾ ਹੈਗਾ ਖੁਦਾ ਦੀ ਸੇਵਾ ਦੇ ਵਿੱਚ ਔਰ ਖੁਦਾਵੰਦ ਬਰਕਤ ਦੇ ਰਿਹਾ ਹੈਗਾ। ਰਿਬੈਕਾ, ਵੁੱਡ ਯੂ ਅਗਰੀ ਕਿ ਜਿਹੜਾ ਅੱਜ ਕੱਲ੍ਹ ਦਾ ਮਾਹੌਲ ਹੈਗਾ ਆ ਉਹ ਆਪਣੀਆਂ ਬੱਚੀਆਂ ਲਾ ਲਓ, ਭੈਣਾਂ ਲਾ ਲਓ, ਮਾਵਾਂ ਲਾ ਲਓ, ਵੀ ਉਹਨਾਂ ਦੀਆਂ ਜਿਹੜੀਆਂ ਸਕਿੱਲਸ ਆ, ਕੇਪਬਿਲਿਟੀਜ਼ ਆ, ਉਹਨਾਂ ਨੂੰ ਰੈਕਗਨਾਈਜ਼ ਨਹੀਂ ਕਰਦਾ? ਇੰਡੀਆ ਦੇ ਵਿੱਚ ਤਾਂ ਤੁਸੀਂ ਇਸ ਬਾਰੇ ਵਿੱਚ ਕਾਫੀ ਜਿੱਦਾਂ ਕਹਿ ਸਕਦੇ ਹੋ ਕਿ ਲੋਕ ਜਿਹੜੇ ਆ ਉਹ ਮੋਟੀਵੇਟ ਨਹੀਂ ਆਪਣੇ ਬੱਚਿਆਂ ਨੂੰ ਕਰਦੇ। ਫਸਟ ਆਫ ਆਲ ਉੱਥੇ ਥੋੜ੍ਹਾ ਡਿਸਕ੍ਰਿਮੀਨੇਸ਼ਨ ਆ, ਇੱਕ ਔਰਤ ਦੇ ਵਿੱਚ, ਇੱਕ ਮਰਦ ਦੇ ਵਿੱਚ, ਦੋਨਾਂ ਦੇ ਵਿੱਚ ਡਿਸਕ੍ਰਿਮੀਨੇਸ਼ਨ ਦੇਖਿਆ ਜਾਂਦਾ। ਅਗਰ ਫੋਰ ਐਗਜ਼ਾਮਪਲ ਤੁਸੀਂ ਦੇਖੋ, ਇੱਕ ਮਾਂ ਬਾਪ ਦੇ ਦੋ ਬੱਚੇ ਆ, ਲੜਕਾ ਔਰ ਲੜਕੀ, ਉਸ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਡਿਸਕ੍ਰਿਮੀਨੇਸ਼ਨ ਦੀ ਵਜ੍ਹਾ ਦੇ ਨਾਲ ਹੀ ਉਹਨਾਂ ਦੇ ਵਿੱਚ ਔਰਤ ਜਿਹੜੀ ਉਹਨੂੰ ਅੱਗੇ ਵਧਣ ਨਹੀਂ ਦਿੱਤਾ ਜਾਂਦਾ। ਤੁਸੀਂ ਦੇਖਦੇ ਆ ਵੀ ਜਦੋਂ ਤੁਸੀਂ ਔਰਤ ਨੂੰ ਅੱਗੇ ਨਹੀਂ ਵਧਣ ਦਿੰਦੇ ਉਹ ਸਮਾਜ ਕਦੇ ਵੀ ਤਰੱਕੀ ਨਹੀਂ ਕਰ ਸਕਦਾ। ਉਹ ਸਮਾਜ ਜਿਹੜਾ ਆ ਉਹ ਉੱਥੇ ਹੀ ਉਹਦਾ ਖਾਤਮਾ ਹੋ ਜਾਂਦਾ ਜਦੋਂ ਇੱਕ ਔਰਤ ਜਿਹੜੀ ਆ ਉਹ ਪੜ੍ਹਦੀ ਨਹੀਂ, ਉਹ ਲਿਖਦੀ ਨਹੀਂ, ਉਹ ਸਕੂਲ ਤੱਕ ਨਹੀਂ ਜਾਂਦੀ, ਉਹਨਾਂ 'ਤੇ ਡਿਸਕ੍ਰਿਮੀਨੇਸ਼ਨ ਕੀਤਾ ਜਾਂਦਾ ਬਹੁਤ ਜ਼ਿਆਦਾ। ਸੱਚ ਹੀ ਕਿਸੇ ਨੇ ਕਿਹਾ ਆ ਜੇਕਰ ਇੱਕ ਲੜਕਾ ਪੜ੍ਹਦਾ ਆ ਤਾਂ ਸਿਰਫ ਉਹ ਲੜਕਾ ਹੀ ਪੜ੍ਹਦਾ, ਜੇਕਰ ਇੱਕ ਔਰਤ ਪੜ੍ਹਦੀ ਆ, ਇੱਕ ਬੇਟੀ ਪੜ੍ਹਦੀ ਹੈ ਤਾਂ ਉਸ ਘਰਾਣੇ ਨੂੰ ਬਰਕਤ ਮਿਲਦੀ, ਉਹ ਘਰਾਣਾ ਪੂਰਾ ਪੜ੍ਹ ਜਾਂਦਾ। ਅਤੇ ਇਸੇ ਤਰੀਕੇ ਦੇ ਨਾਲ ਮੈਂ ਅੱਜ ਤੁਹਾਡੇ ਸਾਰਿਆਂ ਨਾਲ ਇਹ ਡਿਸਕਸ ਕਰਨਾ ਚਾਹੁੰਦੀ ਹਾਂ ਵੀ ਜਿਹੜਾ ਸਾਡੇ ਇੰਡੀਆ ਦੇ ਵਿੱਚ ਜਾਂ ਹੋਰ ਵੀ ਜਗ੍ਹਾ ਇਸ ਤਰੀਕੇ ਦੀਆਂ ਹਨ ਜਿਹਦਾ ਜਿਹਦੇ ਵਿੱਚ ਔਰਤਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਕੀਤਾ ਜਾਂਦਾ ਆ ਔਰ ਉਹਨਾਂ ਨੂੰ ਪਿੱਛੇ ਰੱਖਿਆ ਜਾਂਦਾ ਆ ਔਰ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾਂਦਾ, ਉਹਨਾਂ ਨੂੰ ਨਵੀਂ ਮੰਜ਼ਿਲ ਤੱਕ ਪਹੁੰਚਣ ਤੋਂ ਰੋਕਿਆ ਜਾਂਦਾ ਆ, ਉਹਨਾਂ ਨੂੰ ਹੋਰ ਮੌਕੇ ਦੇਣੇ ਸਾਨੂੰ ਚਾਹੀਦੇ ਆ ਤਾਂ ਕਿ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਹੋਰ ਵੀ ਵਧੀਆ ਬਣ ਸਕੇ ਔਰ ਇੱਕ ਅੱਛੇ ਸਮਾਜ ਦਾ ਉਹ ਉਸਾਰੂ ਬਣ ਸਕਣ। ਇਹ ਤਾਂ ਮੇਰਾ ਖਿਆਲ ਘਰੇਲੂ ਇੱਕ ਟੋਪਿਕ ਹੈਗਾ ਕਿ ਹਰ ਇੱਕ ਇਨਸਾਨ ਹਰ ਇੱਕ ਘਰ ਦੇ ਵਿੱਚ ਹੋਣਾ ਨਹੀਂ ਚਾਹੀਦਾ ਪਰ ਕਿਸੇ ਨਾ ਕਿਤੇ ਹੋ ਜਾਂਦਾ ਹੈਗਾ। ਚਲੋ ਇਹਨੂੰ ਆਪਾਂ ਥੋੜ੍ਹਾ ਕੁ ਇੱਦਾਂ ਕਰਦੇ ਹਾਂ ਕਿ ਇਹਨੂੰ ਆਪਾਂ ਮਿਨੀਮਾਈਜ਼ ਕਰਕੇ ਤਾਂ ਆਪਾਂ ਇਸ ਤਲੀਮ ਦੇ ਵਿੱਚ ਲੈ ਕੇ ਆਈਏ ਕਿ ਆਪਣੇ ਬਾਈਬਲ ਦੇ ਹਿਸਾਬ ਨਾਲ, ਇਨ ਯੋਰ ਓਪੀਨੀਅਨ, ਤੁਹਾਡੇ ਖਿਆਲ ਦੇ ਵਿੱਚ ਆਪਣੀ ਕ੍ਰਿਸਚਨ ਕੌਮ ਦੇ ਵਿੱਚ ਕਿ ਇਹ ਤੁਸੀਂ ਡਿਸਕ੍ਰਿਮੀਨੇਸ਼ਨ ਕਹਿੰਦੇ ਹੈਗੇ ਆ ਕਿ ਜਿਹੜਾ ਫਰਕ ਹੈ ਇਹ ਤੁਹਾਡੇ ਕੀ ਖਿਆਲ ਚਰਚ ਦੇ ਵਿੱਚ ਵੀ ਹੈ? ਇਹ ਚਰਚ ਦੇ ਵਿੱਚ ਵੀ ਕਈ ਵਾਰੀ ਦੇਖਿਆ ਜਾਂਦਾ ਆ ਕਿਉਂਕਿ ਔਰਤਾਂ ਜਿਹੜੀਆਂ ਆ ਉਹ ਜਾਂ ਤਾਂ ਥੋੜ੍ਹਾ ਸ਼ਰਮਾਕਲ ਸੁਭਾਅ ਦੀਆਂ ਹੁੰਦੀਆਂ ਆ ਔਰ ਜਾਂ ਉਹ ਆਪਣੇ ਆਪ ਨੂੰ ਖੁੱਲ੍ਹੇ ਤੌਰ 'ਤੇ ਅੱਗੇ ਨਹੀਂ ਲਿਆਉਣਾ ਚਾਹੁੰਦੀਆਂ ਜਾਂ ਉਹਨਾਂ ਦੀ ਫੈਮਿਲੀ ਬੈਕਗਰਾਊਂਡ ਕੁਛ ਇਸ ਤਰ੍ਹਾਂ ਦੀ ਹੁੰਦੀ ਆ ਵੀ ਉਹਨਾਂ ਨੂੰ ਥੋੜ੍ਹਾ ਦਬਾ ਕੇ ਰੱਖਿਆ ਜਾਂਦਾ ਆ। ਬਟ ਇਸੇ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਇਸ ਵਕਤ ਕਿ ਜਿਹੜੀਆਂ ਔਰਤਾਂ ਖੁਦ ਆਪਣੇ ਆਪ ਨੂੰ ਇਸ ਤਰੀਕੇ ਨਾਲ ਸਮਝਦੀਆਂ ਆ ਵੀ ਉਹ ਥੋੜ੍ਹਾ ਸ਼ਾਈ ਫੀਲ ਕਰਦੀਆਂ ਆ, ਆਪਣੇ ਐਕਸਪ੍ਰੈਸ ਨਹੀਂ ਕਰ ਸਕਦੀਆਂ ਆਪਣੇ ਆਪ ਨੂੰ ਜਾਂ ਖੁਦਾ ਦੇ ਵਚਨ ਨੂੰ ਆਪਣੇ ਜ਼ਰੀਏ ਦੂਸਰਿਆਂ ਤੱਕ ਨਹੀਂ ਪਹੁੰਚਾ ਸਕਦੀਆਂ ਤਾਂ ਉਹਨਾਂ ਨੂੰ ਆਪਣੀ ਜ਼ਿੰਦਗੀ ਨੂੰ ਬਦਲਣ ਦੀ ਲੋੜ ਹੈ। ਪਰ ਬਾਈਬਲ ਦੇ ਹਿਸਾਬ ਨਾਲ ਆਪਾਂ ਕਹਿ ਸਕਦੇ ਹੈਗੇ ਹਾਂ ਕਿ ਖੁਦਾ ਦਾ ਕਲਾਮ ਜਿਹੜਾ ਆਪਾਂ ਅੱਜ ਦੇਖਣਾ ਹੈਗਾ ਵੀ ਖੁਦਾ ਦਾ ਕਲਾਮ ਇਹ ਕੀ ਕਹਿੰਦਾ ਹੈਗਾ। ਰਿਬਕਾ, ਇਹ ਮੈਂ ਦੱਸੋ, ਵਾਟ ਯੂ ਥਿੰਕ ਗੋਡ ਹੈਜ਼ ਤੈਨੂੰ ਖੁਦਾ ਨੇ ਇਵੈਂਜਲਿਸਟ ਦਾ ਰੂਪ ਔਰ ਇਹ ਕੰਮ ਕਿਉਂ ਦਿੱਤਾ, ਤੈਨੂੰ ਕਿਉਂ ਦਿੱਤਾ? ਮੈਂ ਕਾਫੀ ਦੇਰ ਤੋਂ ਸੋਚਦੀ ਹੁੰਦੀ ਸੀਗੀ ਖੁਦਾ ਨੇ ਮੈਨੂੰ ਚੁਣਿਆ, ਬਚਪਨ ਤੋਂ ਹੀ ਚੁਣਿਆ ਸੀ। ਮੈਂ ਚਰਚ ਜਾਂਦੀ ਸੀ, ਸਫਾਈ ਵੀ ਕਰਦੀ ਸੀ, ਕੁਆਇਰ ਵਿੱਚ ਜਾਂਦੀ ਸੀ ਔਰ ਬਹੁਤ ਵਾਰੀ ਮੈਂ ਆਪਣੇ ਆਪ ਨੂੰ ਸੋਚਿਆ ਕਿ ਮੈਂ ਖੁਦਾ ਦਾ ਕੰਮ ਕਰਾਂ। ਪਰ ਜ਼ਿੰਦਗੀ ਦੇ ਵਿੱਚ ਇੱਦਾਂ ਦੇ ਹਾਲਾਤ ਸੀ, ਐਜੂਕੇਸ਼ਨ ਸੀ, ਉਹਦੇ ਵਿੱਚ ਮੈਨੂੰ ਟਾਈਮ ਨਹੀਂ ਮਿਲਿਆ ਵੀ ਮੈਂ ਖੁਦਾ ਦਾ ਜਿਹੜਾ ਨਾਮ ਆ ਹੋਰ ਵੀ ਲੋਕਾਂ ਤੱਕ ਪਹੁੰਚਾ ਸਕਾਂ। ਔਰ ਫਿਰ ਉਸ ਤੋਂ ਬਾਅਦ ਮਾਂ ਬਾਪ ਨੇ ਵੀ ਇੰਨੀ ਜ਼ਿਆਦਾ ਉਸ ਟਾਈਮ 'ਤੇ ਸਪੋਰਟ ਨਹੀਂ ਕੀਤੀ ਔਰ ਬਾਅਦ ਵਿੱਚ ਉਸ ਤੋਂ ਬਾਅਦ ਜਦੋਂ ਮੈਂ ਆਪਣੇ ਆਪ ਨੂੰ ਇਸ ਕਾਬਿਲ ਸਮਝਿਆ ਕਿ ਮੈਨੂੰ ਖੁਦਾ ਨੇ ਇਹ ਬਰਕਤ ਦਿੱਤੀ ਹੈ, ਖੁਦਾ ਨੇ ਮੈਨੂੰ
ਹੌਸਲਾ ਅਫਜ਼ਾਈ ਦਿੱਤੀ ਹੈ, ਮੋਟੀਵੇਸ਼ਨ ਦਿੱਤਾ ਹੈ, ਅਤੇ ਉਹੀ ਖੁਦਾ ਨੇ ਜਿਹਨੇ ਮੈਨੂੰ ਬਚਾਇਆ ਔਰ ਉਸਦਾ ਵਚਨ ਹੀ ਮੈਂ ਸੋਚਿਆ ਕਿ ਮੈਂ ਦੂਸਰੇ ਲੋਕਾਂ ਤੱਕ ਪਹੁੰਚਾ ਸਕਾਂ ਤਾਂ ਕਿ ਉਹ ਵੀ ਬਚਾਏ ਜਾਣ ਔਰ ਖੁਦਾ ਦੇ ਰਾਜ ਦੇ ਲਈ ਅਸੀਂ ਸਾਰਿਆਂ ਨੇ ਮਿਲ ਕੇ ਅੱਗੇ ਵਧਣਾ ਹੈ। ਇਸ ਲਈ ਮੈਂ ਇਹ ਇਵੈਂਜਲਿਜ਼ਮ ਸ਼ੁਰੂ ਕੀਤਾ ਤਾਂ ਕਿ ਮੈਂ ਆਪਣੇ ਆਵਾਜ਼ ਨੂੰ ਹੋਰਨਾਂ ਤੱਕ ਵੀ ਪਹੁੰਚਾ ਸਕਾਂ। ਮੇਰਾ ਬਚਣਾ ਹੀ ਕਾਫੀ ਨਹੀਂ ਹੈ ਬਲਕਿ ਹੋਰਨਾਂ ਨੂੰ ਵੀ ਬਚਾਉਣਾ ਮੇਰਾ ਫਰਜ਼ ਬਣਦਾ ਹੈ ਔਰ ਖੁਦਾ ਦਾ ਵਚਨ ਜਿਹੜਾ ਉਹ ਮੈਂ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾਉਣਾ ਚਾਹੁੰਦਾ। ਖੁਦਾ ਦਾ ਵਚਨ ਕਦੀ ਵੀ ਵੋਇਡ ਨਹੀਂ ਹੁੰਦਾ, ਹਮੇਸ਼ਾ ਉਹ ਸਕਸੈਸ ਲੈ ਕੇ ਆਉਂਦਾ, ਫਰੂਟ ਲੈ ਕੇ ਆਉਂਦਾ ਹੈਗਾ। ਥਰੂ ਆਊਟ ਹਿਸਟਰੀ ਜੇ ਦੇਖਿਆ ਜਾਵੇ ਬੰਦੇ ਔਰ ਔਰਤਾਂ, ਉਹਨਾਂ ਨੇ ਬਹੁਤ ਇੰਪੋਰਟੈਂਟ ਕੰਟਰੀਬਿਊਸ਼ਨਸ ਕੀਤੇ ਹੈਗੇ ਆ ਖੁਦਾ ਦੇ ਕਲਾਮ ਨੂੰ ਵਧਾਉਣ ਲਈ। ਤਾਂ ਅੱਜ ਆਪਾਂ ਔਰਤਾਂ ਦਾ ਸੋਚ ਰਹੇ ਹੈਗੇ ਹਾਂ ਔਰ ਡਿਸਕਸ ਕਰ ਰਹੇ ਹੈਗੇ। ਫੋਰ ਐਗਜ਼ਾਮਪਲ, ਤੁਸੀਂ ਮੈਂ ਦੇਖਿਆ ਹੀ ਆ ਵੀ ਡੈਬਰਾ ਕਿੱਦਾਂ ਉਹਨੇ ਪ੍ਰੋਫਿਟਿਸ ਸੀਗੀ, ਕਿੱਦਾਂ ਉਹਨੇ ਕੰਮ ਕੀਤਾ। ਸਾਨੂੰ ਦੱਸੋ, ਹੋਰ ਵੀ ਐਗਜ਼ਾਮਪਲਸ ਦੇਵੋ, ਦੱਸੋ ਵੀ ਇਹ ਕਿੱਦਾਂ ਦੀਆਂ ਔਰਤਾਂ ਸੀਗੀਆਂ, ਕਿੱਦਾਂ ਦੀਆਂ ਮੇਰੀਆਂ ਭੈਣਾਂ ਸੀਗੀਆਂ ਜਾਂ ਮਾਵਾਂ ਸੀਗੀਆਂ ਆਪਣੀਆਂ, ਜਿਨ੍ਹਾਂ ਨੇ ਇੰਨਾ ਕਲਾਮ ਨੂੰ ਹੋਰ ਵੀ ਵਧਾਇਆ। ਅਸੀਂ ਬਾਈਬਲ ਦੇ ਅਕੋਰਡਿੰਗਲੀ ਅਗਰ ਦੇਖੀਏ ਤਾਂ ਬਹੁਤ ਸਾਰੀਆਂ ਬਾਈਬਲ ਦੇ ਵਿੱਚ ਵੀ ਔਰਤਾਂ ਹੈਗੀਆਂ ਜਿਹੜੀਆਂ ਪ੍ਰੋਫਿਟਸ ਸੀਗੀਆਂ, ਜਿਹੜੀਆਂ ਖੁਦਾ ਦੇ ਅੱਗੇ ਜਾ ਕੇ ਲੋਕਾਂ ਦੇ ਲਈ ਪ੍ਰੋਫੈਸੀ ਕਰਦੀਆਂ ਸੀਗੀਆਂ ਔਰ ਖੁਦਾ ਦੀ ਹਮਦੋਸਤਾਇਸ਼ ਕਰਦੀਆਂ ਸੀ। ਸਭ ਤੋਂ ਪਹਿਲਾਂ ਤਾਂ ਮੈਂ ਮਰੀਅਮ ਦਾ ਨਾਮ ਲੈਣਾ ਚਾਹੂੰਗੀ ਔਰ ਮਰੀਅਮ ਅਰੂਨ ਦੀ ਭੈਣ ਸੀ ਔਰ ਉਹਨੇ ਡਫ ਲੈ ਕੇ ਸਭ ਤੋਂ ਪਹਿਲਾਂ ਖੁਦਾ ਦੀ ਹਮਦੋਸਤਾਇਸ਼ ਕੀਤੀ ਸੀ ਔਰ ਉਹ ਇੱਕ ਬਹੁਤ ਵੱਡੀ ਇਗਜ਼ਾਮਪਲ ਹੈ ਕਿ ਔਰਤ ਜਿਹੜੀ ਆ ਉਹ ਖੁਦਾ ਦੇ ਲਈ ਖੁਦਾ ਦੀ ਵਰਸ਼ਿਪ ਕਰ ਸਕਦੀ ਆ। ਔਰ ਦੂਸਰੀ ਇਗਜ਼ਾਮਪਲ ਜਿਹੜੀ ਆ ਉਹ ਸਭ ਤੋਂ ਵੱਡੀ ਤੁਸੀਂ ਆਪ ਹੀ ਹੁਣੇ ਸਾਨੂੰ ਨਾਮ ਦੱਸਿਆ ਆ ਔਰ ਉਹਨੇ 40 ਸਾਲ ਤੱਕ ਜਿਹੜੀ ਕੌਮ ਸੀਗੀ ਇਸਰਾਇਲ ਕੌਮ ਸੀ ਉਹਨੂੰ ਕੀ ਲੀਡ ਕੀਤਾ ਔਰ ਉਸਨੇ ਇਸਰਾਇਲ ਕੌਮ ਨੂੰ ਜਿਹੜਾ ਕਿ ਖੁਦਾ ਨੇ ਉਹਨਾਂ ਨਾਲ ਪ੍ਰੋਮਿਸ ਕੀਤਾ ਸੀ ਉਸ ਪ੍ਰੋਮਿਸ ਨੂੰ ਉਹਨੇ ਪੂਰਾ ਕਰਵਾਇਆ, ਜਿਹੜਾ ਕਿ ਕਨਾਨ ਦੇਸ਼ ਦੇ ਵਿੱਚ ਲਿਆਉਣ ਦਾ ਪ੍ਰੋਮਿਸ ਸੀ। ਔਰ ਮੈਂ ਸਭ ਤੋਂ ਇੰਪੋਰਟੈਂਟ ਨਾਮ ਲੈਣਾ ਚਾਹੁੰਦੀ ਹਾਂ ਇਹਨਾਂ ਦਾ, ਉਹ ਵੀ ਇੱਕ ਪ੍ਰੋਫਿਟਸ ਸੀਗੀ ਜਿਹਨੇ ਕਿ ਜਿਹੜੀ ਸਿਰਫ 7 ਸਾਲ ਤੱਕ ਆਪਣੇ ਹਸਬੈਂਡ ਨਾਲ ਰਹੀ ਬਟ ਉਸਨੇ ਖੁਦਾ ਦਾ ਬਹੁਤ ਜ਼ਿਆਦਾ ਕੰਮ ਕੀਤਾ। ਔਰ ਜੇ ਅਸੀਂ ਨਵੇਂ ਨਿਯਮ ਦੇ ਵਿੱਚ ਜਾ ਕੇ ਦੇਖੀਏ ਤਾਂ ਮਰੀਅਮ ਮਗਦਲੀਨੀ ਔਰ ਮਰੀਅਮ ਔਰ ਹੋਰ ਵੀ ਬਹੁਤ ਸਾਰੀਆਂ ਔਰਤਾਂ ਜਿਹੜੇ ਅਸੀਂ ਪ੍ਰਵੇਸ਼ ਮਸੀਹ ਦੀ ਮਿਨਿਸਟਰੀ ਵਿੱਚ ਉਹਨਾਂ ਨੇ ਹਿੱਸਾ ਲਿਆ, ਬਹੁਤ ਹਿੱਸਾ ਲਿਆ। ਔਰ ਇੱਕ ਬਹੁਤ ਐਗਜ਼ਾਮਪਲ ਅੱਛੀ ਆਪਾਂ ਦੇ ਸਕਦੇ ਹੈਗੇ ਹਾਂ ਕਿ ਮਾਂ ਮਰੀਅਮ ਔਰ ਦੂਸਰੀ ਇਲਿਜ਼ਬਥ ਜਿਹੜੀ ਮਾਂ ਸੀਗੀ ਜੌਨ ਦ ਬੈਪਟਿਸਟ ਜੀ, ਔਰ ਉਹਨਾਂ ਨੇ ਕਿੱਦਾਂ ਦੇਖੋ ਪਾਕ ਰੂਹ ਦੀ ਉਹਨਾਂ ਨੂੰ ਵੀ, ਸ਼ੀ ਵਾਜ਼ ਫਿਲਡ ਵਿਦ ਦ ਹੋਲੀ ਸਪਿਰਿਟ ਐਂਡ ਜਦੋਂ ਮਾਂ ਮਰੀਅਮ ਗਈ ਉਹਨਾਂ ਕੋਲ ਤਾਂ ਉਹਨਾਂ ਦੇ ਤੈਨੂੰ ਪਤਾ ਹੀ ਹੈਗਾ ਵੂਮ ਦੇ ਵਿੱਚ ਕਿੱਦਾਂ ਬੱਚਾ ਜੀ, ਔਰ ਹੋਲੀ ਸਪਿਰਿਟ ਨੇ ਉਸੇ ਟਾਈਮ ਉਸਨੂੰ ਦੱਸਿਆ ਕਿ ਖੁਦਾ ਦੀ ਜਿਹੜੀ ਮਾਤਾ ਆ ਉਹ ਤੇਰੇ ਘਰ ਆਈ ਹੈ। ਤੇ ਜਦੋਂ ਖੁਦਾਵੰਦ ਯਿਸੂ ਮਸੀਹ ਜੀ ਉੱਠਿਆ ਤਾਂ ਕਿਹਨਾਂ ਨੇ ਜਾ ਕੇ ਦੇਖਿਆ? ਔਰਤਾਂ ਨੇ, ਆਪਾਂ ਨੇ ਸਭ ਤੋਂ ਪਹਿਲਾਂ ਜਾ ਕੇ ਦੇਖਿਆ ਸੀ ਮਰੀਅਮ ਮਗਦਲੀਨੀ ਨੇ ਔਰ ਦੂਸਰੀ ਮਰੀਅਮ ਜਿਹੜੀ ਸੀ ਉਹਨਾਂ ਨੇ ਜਾ ਕੇ, ਫਿਰ ਚੇਲਿਆਂ ਨੂੰ ਬਾਅਦ ਵਿੱਚ ਉਹਨਾਂ ਨੇ ਦੱਸਿਆ ਕਿ ਪ੍ਰਭੂ ਯਿਸੂ ਮਸੀਹ ਜਿੰਦਾ ਹੋ ਗਿਆ। ਬਿਲਕੁਲ ਜੀ। ਔਰ ਫਿਲਿਪ ਦੀਆਂ 4 ਬੱਚੀਆਂ ਯਾਦ ਹੈ, ਉਹਨਾਂ ਦੀਆਂ 4 ਬੱਚੀਆਂ ਸੀ, 4 ਬੱਚੀਆਂ ਸੀ, ਉਹਨਾਂ ਨੇ ਪ੍ਰੋਫੈਸਾਈ ਕਰਦੇ ਸੀ। ਸੋ ਇਹ ਜਿੰਨੇ ਵੀ ਬਿਬਲੀਕਲ ਐਗਜ਼ਾਮਪਲਸ ਆਪਾਂ ਜਿਹਨਾਂ ਬਾਰੇ ਆਪਾਂ ਗੱਲ ਕੀਤੀ ਹੈਗੀ ਆ, ਇਹ ਇੱਕ ਟੋਕਨ ਆ ਜੀ ਮੇਰੇ ਖਿਆਲ ਦੇ ਵਿੱਚ ਕਿ ਇੰਪੋਰਟੈਂਸ ਸ਼ੋ ਕਰਦਾ ਹੈਗਾ ਕਿ ਸਾਡੀਆਂ ਜਿਹੜੀਆਂ ਮਾਵਾਂ, ਸਾਡੀਆਂ ਜਿਹੜੀਆਂ ਭੈਣਾਂ, ਸਾਡੀਆਂ ਜਿਹੜੀਆਂ ਧੀਆਂ ਵੀ ਕਿੰਨਾ ਇੰਪੋਰਟੈਂਟ ਰੋਲ ਇਹ ਕੰਟਰੀਬਿਊਟ ਕਰ ਰਹੀਆਂ ਹੈਗੀਆਂ ਇਨ ਆਊਟਰੀਚ ਜੀ, ਵੀ ਮਤਲਬ ਵੀ ਖੁਦਾ ਦਾ ਕਲਾਮ ਜਾ ਕੇ ਸੁਣਾਉਣਾ। ਰਿਬਕਾ, ਤੈਨੂੰ ਪਤਾ ਹੀ ਹੈਗਾ ਖੁਦਾਵੰਦ ਨੇ ਇੱਕ ਹੀ ਗੱਲ ਕਹੀ ਹੈ ਹਰ ਇੱਕ ਇਨਸਾਨ ਨੂੰ, ਉਹਦੇ ਮਰਦ ਆ ਜਾਂ ਔਰਤ, ਹੈ ਨਾ, ਉਹਨਾਂ ਨੇ ਕੀ ਕਿਹਾ ਹੈਗਾ, ਕਹਿੰਦਾ ਕਿ ਜਾ ਕੇ 4 ਕੋਨੇ ਦੇ ਵਿੱਚ ਦੁਨੀਆ ਦੇ ਵਿੱਚ ਮੇਰਾ ਕਲਾਮ ਸੁਣਾ, ਕਲਾਮ। ਤੁਸੀਂ ਹੁਣ ਮੈਂ ਦੱਸੋ ਕਿ ਜਿਹੜੀ ਤੈਨੂੰ ਤੋਹਫਾ ਦਿੱਤਾ, ਤੁਹਾਨੂੰ ਟੈਲੈਂਟ ਦਿੱਤੀ, ਅੱਜ ਕੱਲ੍ਹ ਤੁਸੀਂ ਇੰਗਲੈਂਡ ਦੇ ਵਿੱਚ ਕਿੱਦਾਂ ਤੁਸੀਂ ਇਹ ਇਸਤੇਮਾਲ ਕਰਦੇ ਹਾਂ, ਕਿੱਦਾਂ ਤੁਸੀਂ ਕਰਦੇ ਪ੍ਰੀਚ? ਸਭ ਤੋਂ ਪਹਿਲਾਂ ਤਾਂ ਮੈਂ ਵਟਸਐਪ ਦਾ ਗਰੁੱਪ ਬਣਾਇਆ ਸੀ ਔਰ ਜਸਟ ਮੈਂ ਆਪਣੀ ਫੈਮਿਲੀ ਨੂੰ ਐਡ ਕੀਤਾ ਸੀ ਉਸ ਦੇ ਵਿੱਚ ਔਰ ਮੈਂ ਆਪਣੇ ਭੈਣਾਂ ਭਰਾਵਾਂ ਨੂੰ, ਆਪਣੇ ਫਾਦਰ ਨੂੰ ਔਰ ਮੈਂ ਆਪਣੇ ਆਂਟੀਆਂ ਦੇ ਬੇਟਿਆਂ ਨੂੰ, ਕਿਉਂਕਿ ਉਹ ਯੰਗ ਆ, ਉਹ ਕਿਤੇ ਭਟਕ ਨਾ ਜਾਣ, ਇਸ ਲਈ ਮੈਂ ਸਾਰਿਆਂ ਨੂੰ ਇੱਕ ਜਗ੍ਹਾ 'ਤੇ ਇਕੱਠੇ ਕੀਤਾ ਤਾਂ ਕਿ ਅਸੀਂ ਇੱਕ ਦੂਸਰੇ ਨੂੰ ਖੁਦਾ ਦੇ ਵਚਨ ਦੇ ਬਾਰੇ ਦੱਸ ਸਕੀਏ।
पर वो कहते हैं कि हम चलते गए और कारवा बनते गए। तो हाँ, मैं जिद्दा जिद्दा शुरू किया, उन्होंने अपने फ्रेंड्स ऐड किए, हूँ उस ग्रुप के तकरीबन 200 तो उपर मैंबर हैं, और वो सिर्फ मेरी फैमिली नहीं बल्कि अराउंड द वर्ल्ड लोग उत्थे अमेरिका तो आ, स्विट्जरलैंड तो आ, ईवन मैनू वो जानते भी नहीं, परसनली मैं कभी मिली भी नहीं, वो मैनू फोन करके मेरा हाल चाल पुछते हैं, मैं उन्होंने हाल चाल पुछती, उन्होंने फैमिली गल्लां नू सांझा करती, दुआवां करती उन्होंने लिए अगर उन्होंने कोई प्रॉब्लम होंदी है तो। सो जो तुसी इह गल्लां करदे हैगे आ फेसबुक ते जां व्हाट्सएप ते, जो दुनिया आउंदी भी हैगी आ जी, तां तुहाडे अंदरों की उछलदा हैगा? खुदा दा आत्मा वो मेरी अगवाई करता उस टाइम, और मैनू अपने आप च खुशी महसूस होंदी आ भी खुदा ने मैनू अपने काम वास्ते चुनिया, देर ना ही सही पर चुनिया जरूर, और कभी भी सानू इस गल नू भुलना नहीं चाहिदा कि खुदा ने साने लई साडे लई एक मकसद रखिया, सानू खुदा ने एक तोड़ा बख्शिया होया, सानू सिर्फ जरूरत है तो उस नू पहचानन दी, सानू उस चीज़ नू अपने अंदरों कढ के बाहर लियाउण दी जरूरत है, सानू समझन दी जरूरत है कि साडे तो खुदा की चाहुंदा है। ਜਦੋਂ ਤੁਹਾਨੂੰ ਉਸ ਚੀਜ਼ ਦੀ ਸਮਝ ਲੱਗ ਜਾਂਦੀ ਆ ਵੀ ਖੁਦਾ ਤੁਹਾਡੇ ਤੋਂ ਕੀ ਚਾਹੁੰਦਾ ਆ, ਤੁਹਾਡੀ ਆਪਣੀ ਹਮਦੋਸਤਾਇਸ਼ ਦੇ ਲਈ, ਆਪਣੇ ਵਚਨ ਨੂੰ ਫੈਲਾਉਣ ਦੇ ਲਈ ਜੋ ਵੀ ਤੁਹਾਡੇ ਕੋਲ ਚਾਹੁੰਦਾ ਆ, ਉਹ ਜਦੋਂ ਤੁਹਾਡੇ ਅੱਗੇ ਆ ਜਾਂਦਾ ਉਹ, ਤਾਂ ਫਿਰ ਤੁਹਾਨੂੰ ਉਸ ਸਮਝ ਨੂੰ ਜਿਹੜੀ ਆ ਤੁਸੀਂ ਉਹ ਹੋਰਨਾਂ ਲੋਕਾਂ ਤੱਕ ਵੀ ਪਹੁੰਚਾਉਂਦੇ ਆ। ਕਦੀ ਇੱਦਾਂ ਦਾ ਮੌਕਾ ਆਇਆ ਹੈਗਾ ਕਿ ਜਦੋਂ ਤੁਸੀਂ ਹਾਰ ਮੰਨ ਜਾਂਦੇ ਹੈਗੇ ਆ ਔਰ ਪ੍ਰੋਬਲਮਸ ਜਿਹੜੀਆਂ ਹੈਗੀਆਂ, ਖੁਦਾ ਨੇ ਵੀ ਕਿਹਾ ਹੈਗਾ ਕਿ ਠੀਕ ਹੈ ਤੁਸੀਂ ਮੇਰੇ ਵਿੱਚ ਆ ਗਏ ਹੈਗੇ, ਇਹਦਾ ਮਤਲਬ ਨਹੀਂ ਤੁਸੀਂ ਬਖਸ਼ ਗਏ ਹੈਗੇ ਕਿ ਪ੍ਰੋਬਲਮਸ ਤਾਂ ਆਉਣੀਆਂ ਹੈਗੀਆਂ, ਤਕਲੀਫ ਆਉਂਦੀ, ਬਿਮਾਰੀ ਆਉਂਦੀ, ਕਈ ਚੀਜ਼ਾਂ ਆਉਂਦੀਆਂ ਹੈਗੀਆਂ। ਪਰਸਨਲੀ ਤੁਹਾਡੇ ਉੱਤੇ ਕੋਈ ਇੱਦਾਂ ਦਾ ਟਾਈਮ ਆਇਆ ਕਿ ਜਦੋਂ ਤੁਸੀਂ ਜਿੱਦਾਂ ਕਹਿੰਦੇ ਹੁੰਦੇ ਵੀ ਖੁਦਾਵੰਦ ਤਾਂ ਉਹਦਾ ਵੈਸੇ ਕਦੀ ਮੌਕਾ ਇੰਨਾ ਦਿੰਦਾ ਹੀ ਨਹੀਂ ਆ ਕਿ ਜਿਹੜਾ ਤੁਸੀਂ ਉਹ ਸਾਂਭ ਨਹੀਂ ਸਕਦੇ ਆਪਣੇ ਆਪ ਨੂੰ, ਹਮੇਸ਼ਾ ਉਨਾ ਹੀ ਭਾਰ ਦਿੰਦਾ ਜਿੰਨਾ ਕਿ ਤੁਸੀਂ ਸੰਭਾਲ ਸਕਦੇ। ਤੁਹਾਡੇ ਵਾਸਤੇ ਕਿੱਦਾਂ ਇਹ ਮੌਕਾ ਰਿਹਾ, ਕਦੀ ਹੋਇਆ? ਇਨਸਾਨ ਹੋਣ ਦੇ ਨਾਤੇ ਸਾਡੇ 'ਤੇ ਮੁਸ਼ਕਲਾਂ ਤਾਂ ਆਉਂਦੀਆਂ ਰਹਿੰਦੀਆਂ, ਪਰ ਸਾਡਾ ਖੁਦਾ ਜਿਹੜਾ ਆ ਉਹ ਸਾਨੂੰ ਹਰ ਇੱਕ ਟਰਬਲ 'ਚੋਂ ਕੱਢਣ ਵਾਲਾ ਆ, ਜੇਕਰ ਅਸੀਂ ਉਸਦੇ ਅੱਗੇ ਪ੍ਰਾਰਥਨਾ ਕਰਾਂਗੇ ਔਰ ਇੱਕ ਸੱਚੇ ਮਨ ਦੇ ਨਾਲ ਉਸਦੇ ਅੱਗੇ ਦੁਆ ਕਰਾਂਗੇ ਤਾਂ ਸਾਨੂੰ ਉਹ ਉਸ ਟਰਬਲ ਵਿੱਚੋਂ ਕੱਢ ਦਿੰਦਾ ਹੈ। ਮੇਰੇ 'ਤੇ ਟਰਬਲ ਉਸ ਵਕਤ ਆਈ ਸੀ ਜਦੋਂ ਮੇਰੇ ਬ੍ਰਦਰ ਦੀ ਡੈਥ ਹੋਈ ਸੀਗੀ, ਔਰ ਮੇਰੇ ਤੋਂ ਛੋਟਾ ਮੇਰਾ ਭਰਾ ਸੀ, ਔਰ ਮੈਂ ਦਿਨ ਰਾਤ ਸਿਰਫ ਇਹੀ ਸੋਚਦੀ ਹੁੰਦੀ ਸੀ ਵੀ ਖੁਦਾ ਤੋਂ ਚੰਗਾ ਨਹੀਂ ਕੀਤਾ, ਖੁਦਾ ਤੋਂ ਚੰਗਾ ਨਹੀਂ ਕੀਤਾ। ਬਟ ਉਸ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਖੁਦਾ ਜੋ ਵੀ ਕਰਦਾ ਹੈ ਉਹ ਚੰਗਾ ਹੀ ਕਰਦਾ ਹੈ। ਮੇਰੇ ਫਾਦਰ ਨੇ ਮੈਨੂੰ ਇਹ ਗੱਲ ਸਮਝਾਈ ਕਿ ਤੂੰ ਅਯੂਬ ਨਬੀ ਦੇ ਬਾਰੇ ਵਿੱਚ ਜਾਣਦੀ ਹੈ, ਤੂੰ ਉਹਦੀ ਕਹਾਣੀ ਦੇਖੀ, ਉਸ ਦੇ ਪੁੱਤਰ ਧੀਆਂ ਸਭ ਕੁਛ ਤਬਾਹ ਹੋ ਗਿਆ ਸੀ ਪਰ ਉਹਨੇ ਖੁਦਾ ਦਾ ਨਾਮ ਨਹੀਂ ਛੱਡਿਆ ਸੀ, ਅਤੇ ਮੈਂ ਉਹ ਅਯੂਬ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂ ਕਿ ਮੈਂ ਆਪਣੇ ਪੁੱਤਰ ਨੂੰ ਭੁੱਲ ਸਕਾਂ। ਇੱਕ ਤੁਹਾਨੂੰ ਪਤਾ ਹੀ ਹੈ ਕੋਈ ਵੀ ਮਾਂ ਬਾਪ ਆਪਣੇ ਜਿਹੜੇ ਬੱਚੇ ਨੂੰ ਉਹ ਭੁੱਲ ਨਹੀਂ ਸਕਦਾ। ਉਹ ਜਿਹੜਾ ਟਾਈਮ ਸੀਗਾ ਮੇਰੀ ਜ਼ਿੰਦਗੀ 'ਚ ਸਭ ਤੋਂ ਜ਼ਿਆਦਾ ਹੀ ਭਿਆਨਕ ਟਾਈਮ ਕਹਿ ਸਕਦੇ ਹੋ ਤੁਸੀਂ। ਉਸ ਤੋਂ ਬਾਅਦ ਖੁਦਾ ਨੇ ਮੈਨੂੰ ਆਪਣੀ ਬਰਕਤ ਨਾਲ ਮੈਮੂਰ ਕੀਤਾ ਔਰ ਇੱਕ ਮੋਟੀਵੇਸ਼ਨ ਦਿੱਤਾ ਕਿ ਉਸ ਦੇ ਨਾਲ ਜ਼ਿੰਦਗੀ ਖਤਮ ਨਹੀਂ ਹੋ ਗਈ, ਯੂ ਹੈਵ ਟੂ ਸਟਿਲ ਕੰਟੀਨਿਊ, ਔਰ ਮੈਂ ਖੁਦਾ ਦਾ ਵਚਨ ਜਿਹੜਾ ਸੀ ਉਸਨੂੰ ਸਹਾਰਾ ਮੰਨ ਕੇ ਅੱਗੇ ਵਧਦੀ ਰਹੀ। ਬਹੁਤ ਅੱਛਾ ਕਿ ਮਜ਼ਬੂਤ ਰਹਿਣਾ ਆਪਣੇ ਫੇਥ ਦੇ ਵਿੱਚ, ਔਰ ਮੁਸੀਬਤਾਂ, ਦੁੱਖ, ਬਿਮਾਰੀਆਂ, ਤਕਲੀਫਾਂ ਸਭ ਕੁਛ ਆਉਂਦੀਆਂ ਹੈਗੀਆਂ, ਪਰ ਵਾਕਿਆ ਦੇ ਵਿੱਚ ਜਦੋਂ ਮੌਤ ਆਉਂਦੀ ਹੈਗੀ, ਖਾਸ ਕਰਕੇ ਇੱਕ ਇਨਸਾਨ ਦੇ ਜਿੰਨਾ ਪਿਆਰ ਕਰਦੇ ਹੈਗੇ ਉਹ ਭੁੱਲਣਾ ਬਹੁਤ ਹੀ ਮੁਸ਼ਕਲ ਹੈਗੇ ਆ। ਮੈਂ ਹੁਣ ਚਾਹੁੰਦਾ ਹੈਗਾ ਕਿ ਜਿੱਦਾਂ ਪ੍ਰੇਅਰ ਜਿਹੜੀ ਹੈ ਇਹ ਜ਼ਿੰਦਗੀਆਂ ਚੇਂਜ ਕਰ ਦਿੰਦੀ ਹੈ, ਮਿਰੇਕਲਸ ਹੁੰਦੇ ਆ, ਔਰ ਸਭ ਤੋਂ ਵੱਡਾ ਜਿੱਦਾਂ ਕਹਿੰਦੇ ਹੁੰਦੇ ਹਥਿਆਰ ਆਪਣੇ ਹੱਥ ਦੇ ਵਿੱਚ ਆ ਖੁਦਾ ਦਾ ਕਲਾਮ ਹੈਗਾ। ਤੁਹਾਡੀ ਲਾਈਫ ਦੇ ਵਿੱਚ ਕੋਈ ਮਿਰੇਕਲਸ, ਕੋਈ ਖੁਦਾ ਦਾ ਵਚਨ ਦਿੱਤਾ ਹੋਇਆ ਤੁਹਾਡੇ ਸਾਹਮਣੇ ਕਦੀ ਵੀ ਇੱਦਾਂ ਦਾ ਮਿਰੇਕਲ ਹੋਇਆ ਜਾਂ ਕੋਈ ਵਚਨ ਦੀ ਜਿਹੜੀ ਰਿਐਲਿਟੀ ਬਣੀ ਹੈਗੀ ਇਹ ਜੀਂਦੇ ਕਲਾਮ ਦੀ? ਹਾਂਜੀ, ਸਭ ਤੋਂ ਵੱਡੀ ਤਾਂ ਇਗਜ਼ਾਮਪਲ ਮੇਰੀ ਆ, ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ। ਖੁਦਾ ਨੇ
ਮੈਨੂੰ ਇੰਨੀ ਵੱਡੀ ਬਰਕਤ ਦਿੱਤੀ ਆ ਕਿ ਮੈਂ ਤੁਹਾਡੇ ਸਾਹਮਣੇ ਖੁਦਾ ਦੀਆਂ ਗੱਲਾਂ ਖੁਦਾ ਦੇ ਲੋਕਾਂ ਤੱਕ ਪਹੁੰਚਾ ਰਹੀ ਹਾਂ। ਔਰ ਮੇਰੀ ਜ਼ਿੰਦਗੀ ਦੀ ਇੱਕ ਬਹੁਤ ਵੱਡੀ ਅਗਵਾਈ ਆ, ਮੇਰੇ ਥੋੜ੍ਹੀ ਪ੍ਰੋਬਲਮ ਸੀ ਜਿਸ ਦੇ ਨਾਲ ਮੈਨੂੰ ਡਾਕਟਰਸ ਨੇ ਕਿਹਾ ਸੀ ਵੀ ਮੇਰੀ ਯੂਟਰਸ ਜਿਹੜੀ ਆ ਉਹ ਰਿਮੂਵ ਕਰਨੀ ਪਊਗੀ, ਬਿਕੋਜ਼ ਉਹ ਸ਼ਰਿੰਕ ਹੋ ਗਈ ਸੀਗੀ। ਔਰ ਲਗਾਤਾਰ 5 ਸਾਲ ਤੋਂ ਉਹ ਕਹਿ ਰਹੇ ਸੀ ਕਿ ਅਸੀਂ 5 ਸਾਲ ਬਾਅਦ ਤੁਹਾਡਾ ਓਪਰੇਸ਼ਨ ਕਰਾਂਗੇ। ਬਟ ਮੈਂ ਬਹੁਤ ਡਰਦੀ ਸੀ ਔਰ ਮੈਂ ਖੁਦਾ ਦੇ ਅੱਗੇ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਔਰ ਖੁਦਾ ਨੇ ਮੇਰੀ ਪ੍ਰਾਰਥਨਾ ਨੂੰ ਸੁਣਿਆ। ਔਰ ਜਦੋਂ ਉਹ ਚੈੱਕਅਪ ਕਰਨ ਲੱਗੇ ਤਾਂ ਉਹ ਕਹਿੰਦੇ ਤੇਰੀ ਯੂਟਰਸ ਜਿਹੜੀ ਆ ਉਹ ਨੋਰਮਲ ਆ। ਔਰ ਮੈਂ ਉਸ ਤੋਂ ਬਾਅਦ ਆਪਣਾ ਵਿਸ਼ਵਾਸ ਜਿਹੜਾ ਸੀ 60 ਗੁਣਾ ਨਹੀਂ ਬਲਕਿ 100 ਗੁਣਾ 120 ਗੁਣਾ ਖੁਦਾ ਦੇ ਵਿੱਚ ਹੋਰ ਵਧਾ ਦਿੱਤਾ ਵੀ ਸਾਡਾ ਖੁਦਾ ਇੱਕ ਇੰਨਾ ਮਹਾਨ ਖੁਦਾ ਆ ਜਿਹੜਾ ਮੁਰਦਾ ਦੇ ਵਿੱਚ ਜ਼ਿੰਦਗੀ ਪਾਉਣ ਵਾਲਾ ਖੁਦਾ ਆ, ਉਹਦੇ ਲਈ ਤਾਂ ਇਹ ਕੰਮ ਜਿਹੜਾ ਬਹੁਤ ਸੌਖਾ ਆ। ਇੱਕ ਜ਼ਿੰਦਾ ਇਨਸਾਨ ਜਿਹੜਾ ਆ ਉਹ ਸਿਰਫ ਪ੍ਰਸਤਿਸ਼ ਕਰੇ ਅਤੇ ਖੁਦਾ ਜਿਹੜਾ ਉਹਦੀਆਂ ਮਨੋਕਾਮਨਾਵਾਂ ਨੂੰ ਪੂਰਾ ਕਰਦਾ ਆ। ਅਤੇ ਮੇਰੀ ਜ਼ਿੰਦਗੀ ਦੀ ਇਹ ਸਭ ਤੋਂ ਵੱਡੀ ਗਵਾਹੀ ਆ ਜਿਹੜੀ ਕਿ ਖੁਦਾ ਨੇ ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਦਿੱਤੀ ਹੈ। ਔਰ ਤੁਹਾਡੀ ਫੈਮਿਲੀ ਦੇ ਵਿੱਚ ਸਿਰਫ ਤੁਹਾਡੇ ਉੱਤੇ ਨਹੀਂ, ਮੈਨੂੰ ਇੰਨਾ ਵੀ ਪਤਾ ਕਿ ਤੁਹਾਡੀ ਛੋਟੀ ਸਿਸਟਰ ਉੱਤੇ ਐਡਾ ਵੱਡਾ ਮਿਰੇਕਲ ਖੁਦਾ ਨੇ ਕੀਤਾ, ਔਰ ਉਹ ਵੀ ਮੌਜੂਦਾ ਜਿਹੜਾ ਹੈ ਉਹਦੇ ਬਾਰੇ ਵੀ ਸ਼ੇਅਰ ਕਰੋ। ਹਾਂਜੀ, ਮੈਂ ਜ਼ਰੂਰ ਕਰੂੰਗੀ। 2010 ਦੇ ਵਿੱਚ ਜਦੋਂ ਉਹ ਪ੍ਰੈਗਨੈਂਟ ਸੀ ਤਾਂ ਡਾਕਟਰਸ ਨੇ ਫਾਈਂਡ ਆਊਟ ਕੀਤਾ ਕਿ ਉਹਦੇ ਸਪਾਈਨਲ ਟਿਊਮਰ ਹੈ ਔਰ ਸਪਾਈਨਲ ਟਿਊਮਰ ਦੀ ਵਜ੍ਹਾ ਦੇ ਕਾਰਨ ਹੀ ਉਹਦੀਆਂ ਸ਼ੀ ਵਾਜ਼ ਨੋਟ ਏਬਲ ਟੂ ਵਾਕ ਈਵਨ, ਔਰ ਵੀਲਚੇਅਰ 'ਤੇ ਸੀਗੀ ਉਹ। ਅਤੇ ਖੁਦਾ ਨੇ ਇੰਨਾ ਵੱਡਾ ਫਜ਼ਲ ਉਸ 'ਤੇ ਕੀਤਾ, ਇੰਨਾ ਵੱਡਾ ਕਰਮ ਕੀਤਾ ਉਸ 'ਤੇ ਕਿ ਉਸ ਨੇ ਉਸਦੇ ਓਪਰੇਸ਼ਨ ਤੋਂ ਬਾਅਦ ਕੋਈ ਵੀ ਉਹਦੇ ਉੱਤੇ ਕੰਪਲੀਕੇਸ਼ਨ ਨਹੀਂ ਆਉਣ ਦਿੱਤੀ। ਜਦਕਿ ਡਾਕਟਰ ਕਹਿ ਰਹੇ ਸੀ ਕਿ ਤੁਸੀਂ ਵਾਕ ਵੀ ਨਹੀਂ ਕਰ ਪਾਓਗੇ, ਹੋ ਸਕਦਾ ਤੁਸੀਂ ਸਾਰੀ ਉਮਰ ਬੈੱਡ 'ਤੇ ਰਹੋ। ਔਰ ਸ਼ੀ ਵਾਜ਼ ਟੂ ਯੰਗ, 29 ਈਅਰ ਉਹਦੀ ਏਜ ਸੀ ਉਸ ਟਾਈਮ। ਔਰ ਅਸੀਂ ਸਾਰੇ ਉਸ ਵੇਲੇ ਬਹੁਤ ਫਿਕਰਮੰਦ ਸੀ ਇਸ ਗੱਲ ਦੇ ਲਈ ਕਿ ਅਗਰ ਕੁਛ ਇਸ ਤਰੀਕੇ ਨਾਲ ਹੋ ਗਿਆ ਉਸਦੇ ਬੱਚੇ ਕੌਣ ਸੰਭਾਲੂਗਾ, ਉਸਦੀ ਲੁੱਕ ਆਫਟਰ ਕੌਣ ਕਰੂਗਾ। ਅਸੀਂ ਬਹੁਤ ਪਰੇਸ਼ਾਨ ਸੀ, ਪਰ ਸਾਡਾ ਖੁਦਾ ਜਿਹੜਾ ਆ ਉਹ ਬਹੁਤ ਬੇਅੰਤ ਖੁਦਾ ਆ ਔਰ ਉਸਨੇ ਉਸਦੀ ਬਹੁਤ ਵੱਡੀ ਮਦਦ ਕੀਤੀ, ਉਸਨੇ ਉਹਨੂੰ ਆਪਣੇ ਨਾਮ ਦੇ ਲਈ ਚੁਣ ਲਿਆ। ਸੋ ਵਾਕਿਆ ਵਿੱਚ ਪ੍ਰੇਅਰ ਚੇਂਜਸ ਲਾਈਫਸ ਜੀ, ਮਿਰੇਕਲਸ ਹੈਪਨ ਜੀ, ਔਰ ਇੱਥੋਂ ਤਾਈਂ ਕਿ ਬਿਮਾਰਾਂ ਨੂੰ ਸ਼ਿਫਾ ਖੁਦਾਵੰਦ ਯਿਸੂ ਮਸੀਹ ਦੇ ਦਿੰਦਾ ਹੈਗਾ। ਆਮੀਨ ਆਮੀਨ। ਅੱਛਾ, ਬਹੁਤ ਸਾਰੇ ਦੁਨੀਆ ਇਸ ਵੇਲੇ ਆਪਣੇ ਨਾਲ ਜੁੜੀ ਹੋਈ ਹੈਗੀ ਆ, ਔਰ ਰਿਬਕਾ ਜੀ ਮੈਂ ਚਾਹੁੰਦਾ ਹੈਗਾ ਕਿ ਖੁਦਾ ਦੇ ਵਚਨ ਦੇ ਵਿੱਚੋਂ ਤੁਸੀਂ ਜ਼ਰੂਰ ਕੁਛ ਨਾ ਕੁਛ ਸ਼ੇਅਰ ਕਰੋ ਕਿ ਜਿਹੜੀ ਇਹ ਬਰਕਤ ਹੈਗੀ ਆ ਉਹ ਆਪਾਂ ਘਰਾਂ ਦੇ ਵਿੱਚ ਪਹੁੰਚਾਈਏ। ਜੀ ਜ਼ਰੂਰ, ਮੈਂ ਸ਼ੇਅਰ ਕਰੂੰਗੀ। ਸਾਨੂੰ ਪਰਮੇਸ਼ੁਰ ਦੇ ਹੁਕਮ ਨੂੰ ਮੰਨਣਾ ਬਹੁਤ ਜ਼ਰੂਰੀ ਆ, ਔਰ ਖੁਦਾ ਨੇ ਸਾਨੂੰ ਜਿਸ ਤਰ੍ਹਾਂ ਕਿਹਾ ਹੈ ਕਿ ਸਾਨੂੰ ਖੁਦਾ ਦੇ ਅਸਤਰ ਸ਼ਸਤਰ ਧਾਰਨ ਕਰਨ ਦੀ ਬਹੁਤ ਜ਼ਰੂਰਤ ਹੈ। ਔਰ ਮੈਂ ਤੁਹਾਡੇ ਨਾਲ ਇਹ ਵਚਨ ਸਾਂਝਾ ਕਰਨ ਦੀ ਜਾ ਰਹੀ ਹਾਂ। ਵਚਨ 'ਚ ਲਿਖਿਆ, ਇਸ ਕਾਰਨ ਤੁਸੀਂ ਪਰਮੇਸ਼ੁਰ ਦੇ ਸਾਰੇ ਸ਼ਸਤਰ ਅਤੇ ਵਸਤਰ ਲੈ ਲਵੋ ਵੀ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਸਕੋ, ਸਭ ਕੁਝ ਮੁਕਾ ਕੇ ਖਲੋ ਸਕੋ। ਸੋ ਤੁਸੀਂ ਆਪਣੀ ਕਮਰ ਸੱਚਾਈ ਦੇ ਨਾਲ ਅਤੇ ਧਰਮ ਦੀ ਸੰਜੋ ਪਹਿਨ ਕੇ ਅਤੇ ਮਿਲਾਪ ਦੀ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ ਆਪਣੇ ਪੈਰੀ ਪਾ ਕੇ ਖਲੋ ਜਾਵੋ। ਉਹਨਾਂ ਸਭਨਾਂ ਸਣੇ ਨਿਸ਼ਚਾ ਦੀ ਢਾਲ ਲਵੋ ਜਿਸ ਦੇ ਨਾਲ ਤੁਸੀਂ ਉਸ ਦੁਸ਼ਟ ਦੇ ਸਾਰੇ ਅਗਨਬਾਣਾਂ ਨੂੰ ਬੁਝਾ ਸਕੋ। ਮੁਕਤੀ ਦਾ ਟੋਪ ਅਤੇ ਆਤਮਾ ਦੀ ਤਲਵਾਰ ਜੋ ਪਰਮੇਸ਼ੁਰ ਦੀ ਬਾਣੀ ਹੈ ਲੈ ਲਵੋ। ਹਾਲੇਲੂਯਾ, ਪ੍ਰੇਜ਼ ਦ ਲਾਰਡ। ਖੁਦਾ ਦਾ ਵਚਨ ਜਿਹੜਾ ਆ ਉਹ ਦੋ ਧਾਰੀ ਤਲਵਾਰ ਦੇ ਨਾਲੋਂ ਵੀ ਤਿੱਖਾ ਆ। ਔਰ ਜਦੋਂ ਇਹ ਵਚਨ ਜਿਹੜਾ ਆ ਅਸੀਂ ਸੁਣਦੇ ਹਾਂ ਤਾਂ ਇਹ ਕੀ ਕਰਦਾ ਆ, ਸਾਡੇ ਅੰਦਰ ਜਾਂਦਾ ਹੈ ਔਰ ਸਾਡੇ ਵਿੱਚੋਂ ਬੁਰਿਆਈ ਨੂੰ ਕੱਢ ਦਿੰਦਾ ਹੈ। ਇਸ ਵਚਨ ਦੇ ਵਿੱਚ ਜਿਹੜਾ ਹੁਣ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ, ਇਸ ਦੇ ਵਿੱਚ ਸਾਨੂੰ ਦੱਸਿਆ ਹੈ ਕਿ ਖੁਦਾ ਦੇ ਸਾਨੂੰ ਅਸਤਰ ਅਤੇ ਸ਼ਸਤਰ ਧਾਰਨ ਕਰਨ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਇੱਕ ਸੈਨਿਕ ਆ ਉਹ ਜਦੋਂ ਲੜਾਈ ਦੇ ਵਿੱਚ ਜਾਂਦਾ ਤਾਂ ਉਹ ਆਪਣੀ ਪ੍ਰੋਪਰ ਪੂਰੀ ਡਰੈਸ ਪਾ ਕੇ ਜਾਂਦਾ। ਜਿਸ ਤਰ੍ਹਾਂ ਤੁਸੀਂ ਦੇਖੀ ਹੋਵੇਗਾ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਸੈਨਿਕ ਸੀ ਉਹ ਆਪਣੇ ਨਾਲ ਤਲਵਾਰ ਲੈ ਕੇ ਜਾਂਦੇ ਸੀ ਔਰ ਇੱਕ ਢਾਲ ਲੈ ਕੇ ਜਾਂਦੇ ਸੀ ਔਰ ਇੱਕ ਸਪੈਸ਼ਲ ਤਰ੍ਹਾਂ ਦੀ ਕੋਈ ਲੋਹੇ ਦੀ ਬਣਿਆ ਹੋਇਆ ਟੋਪ ਪਾਉਂਦੇ ਸੀਗੇ
ਜਿਸ ਦੇ ਨਾਲ ਉਹਨਾਂ ਦੇ ਸਿਰ ਤੇ ਕੋਈ ਵਾਰ ਨਾ ਕਰ ਸਕੇ। ਕਮਰ ਨੂੰ ਉਹ ਇੱਕ ਪੇਟੀ ਬੰਨਦੇ ਸੀਗੇ ਔਰ ਆਪਣੇ ਹਰ ਇੱਕ ਸਰੀਰ ਦੇ ਅੰਗ ਨੂੰ ਬਚਾ ਕੇ ਰੱਖਣਾ ਉਹਨਾਂ ਦਾ ਆਪਣਾ ਫਰਜ਼ ਬਣਦਾ ਸੀ ਜਦੋਂ ਉਹ ਲੜਾਈ ਦੇ ਵਿੱਚ ਜਾਂਦੇ ਸੀ। ਅਤੇ ਸਾਡਾ ਵੀ ਅੱਜ ਇਹੀ ਫਰਜ਼ ਹੈ ਕਿ ਅਸੀਂ ਖੁਦਾ ਦਾ ਨਾਮ ਜਦੋਂ ਲੈਂਦੇ ਹਾਂ, ਖੁਦਾ ਨੂੰ ਆਪਣੀ ਜ਼ਿੰਦਗੀ ਵਿੱਚ ਲਿਆਉਣਾ ਚਾਹੁੰਦੇ ਹਾਂ ਅਤੇ ਸਾਨੂੰ ਕੀ ਆ ਉਹਦੇ ਸ਼ਸਤਰ ਅਤੇ ਵਸਤਰ ਜਿਹੜੇ ਉਹ ਪੂਰੇ ਧਾਰਨ ਕਰਨ ਦੀ ਜ਼ਰੂਰਤ ਹੈ। ਔਰ ਅਸੀਂ ਓਨੀ ਦੇਰ ਤੱਕ ਉਹਦੇ ਸ਼ਸਤਰ ਅਤੇ ਵਸਤਰ ਧਾਰਨ ਨਹੀਂ ਕਰ ਸਕਦੇ ਜਦੋਂ ਤੱਕ ਅਸੀਂ ਉਸਦੇ ਰਾਹਾਂ 'ਤੇ ਨਹੀਂ ਚੱਲਾਂਗੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਜਿੰਨੀ ਦੇਰ ਤੱਕ ਆਪਣੀ ਜ਼ਿੰਦਗੀ ਖੁਦਾ ਨੂੰ ਨਹੀਂ ਦੇਵਾਂਗੇ, ਬਪਤਿਸਮਾ ਨਹੀਂ ਲਵਾਂਗੇ, ਆਪਣੇ ਪਾਪਾਂ ਤੋਂ ਆਪਣੇ ਗੁਨਾਹਾਂ ਤੋਂ ਆਪਾਂ ਮਾਫ਼ੀ ਨਹੀਂ ਮੰਗਾਂਗੇ, ਓਨੀ ਦੇਰ ਤੱਕ ਅਸੀਂ ਖੁਦਾ ਦੇ ਅਸਤਰ ਅਤੇ ਸ਼ਸਤਰ ਧਾਰਨ ਨਹੀਂ ਕਰ ਸਕਦੇ। ਕਿਉਂਕਿ ਸਾਡੀ ਜਿਹੜੀ ਲੜਾਈ ਆ ਉਹ ਕਿੰਨਾ ਆ ਮਾਸ ਨਾਲ ਜਾਂ ਕੋਈ ਵੀ ਇਸ ਤਰੀਕੇ ਦੇ ਨਾਲ ਨਹੀਂ ਕਿ ਕੋਈ ਬੰਦੇ ਨਾਲ ਸਾਡੀ ਲੜਾਈ ਨਹੀਂ ਹੈ, ਬਲਕਿ ਸਾਡੀਆਂ ਬੁਰੀਆਂ ਆਤਮਾਵਾਂ ਦੇ ਨਾਲ, ਸ਼ੈਤਾਨ ਦੀਆਂ ਆਤਮਾਵਾਂ ਦੇ ਨਾਲ ਸਾਡੀ ਲੜਾਈ ਆ। ਅਤੇ ਉਸ ਲੜਾਈ ਨੂੰ ਲੜਨ ਦੇ ਲਈ ਸਾਨੂੰ ਆਤਮਿਕ ਤੌਰ 'ਤੇ ਤਿਆਰ ਹੋਣ ਦੀ ਜ਼ਰੂਰਤ ਹੈ ਔਰ ਅਸੀਂ ਆਤਮਿਕ ਤੌਰ 'ਤੇ ਤਾਂ ਹੀ ਤਿਆਰ ਹੋ ਸਕਦੇ ਹਾਂ ਜੇਕਰ ਅਸੀਂ ਖੁਦਾ ਦੇ ਅਨੁਸਾਰ ਖੁਦਾ ਦੀਆਂ ਰਾਹਾਂ 'ਤੇ ਚੱਲਣ ਵਾਲੇ ਹਾਂ। ਔਰ ਜਿੰਨੀ ਦੇਰ ਤੱਕ ਅਸੀਂ ਆਪਣੀ ਜ਼ਿੰਦਗੀ ਖੁਦਾ ਨੂੰ ਨਹੀਂ ਦਿੰਦੇ, ਜਿੰਨੀ ਦੇਰ ਤੱਕ ਅਸੀਂ ਆਪਣੇ ਆਪ ਨੂੰ ਖੁਦਾ ਦੇ ਅੱਗੇ ਖੜ੍ਹੇ ਨਹੀਂ ਕਰਦੇ, ਆਪਣੇ ਆਪ ਨੂੰ ਮਾਫ਼ੀ ਨਹੀਂ ਮੰਗਦੇ ਖੁਦਾ ਦੇ ਅੱਗੇ ਜਾ ਕੇ, ਆਪਣੇ ਗੁਨਾਹਾਂ ਤੋਂ ਮਾਫ਼ੀ ਨਹੀਂ ਮੰਗਦੇ, ਓਨੀ ਦੇਰ ਤੱਕ ਖੁਦਾ ਜਿਹੜਾ ਉਹ ਸਾਡੇ ਕੋਲ ਨਹੀਂ ਆਵੇਗਾ। ਓਨੀ ਦੇਰ ਤੱਕ ਖੁਦਾ ਦਾ ਆਤਮਾ ਸਾਡੇ ਵਿੱਚ ਨਹੀਂ ਆਵੇਗਾ ਜਿੰਨੀ ਦੇਰ ਤੱਕ ਅਸੀਂ ਆਪਣੇ ਆਪ ਨੂੰ ਪਵਿੱਤਰ ਨਹੀਂ ਕਰਾਂਗੇ। ਔਰ ਇਸ ਸਭ ਨੂੰ ਪਵਿੱਤਰ ਆਪਣੇ ਆਪ ਨੂੰ ਪਵਿੱਤਰ ਕਰਨ ਦਾ ਜ਼ਰੀਆ ਇਹੋ ਹੀ ਹੈ ਕਿ ਸਾਨੂੰ ਕੀ ਹੈ ਬਪਤਿਸਮਾ ਲੈਣਾ ਚਾਹੀਦਾ ਹੈ। ਆਪਣੇ ਗੁਨਾਹਾਂ ਤੋਂ ਮਾਫ਼ੀ ਮੰਗ ਕੇ ਬਪਤਿਸਮਾ ਲੈਣਾ ਬਹੁਤ ਜ਼ਰੂਰੀ ਹੈ। ਔਰ ਤੁਸੀਂ ਆਪਣੀ ਕਮਰ ਸੱਚਾਈ ਦੇ ਨਾਲ, ਔਰ ਜਿਹੜੀ ਅਸੀਂ ਆਪਣੀ ਕਮਰ ਆ ਸਾਨੂੰ ਇੱਕ ਤਿਆਰ ਸੈਨਿਕ ਦੀ ਤਰ੍ਹਾਂ ਤਿਆਰ ਹੋਣ ਦੀ ਜ਼ਰੂਰਤ ਹੈ ਅਤੇ ਸਾਨੂੰ ਕੀ ਕਰਨਾ ਚਾਹੀਦਾ ਆਪਣੀ ਕਮਰ ਜਿਹੜੀ ਆ ਉਹ ਇੱਕ ਸੱਚਾਈ ਦੇ ਨਾਲ, ਸੱਚਾਈ ਕੀ ਆ ਖੁਦਾ ਦਾ ਵਚਨ, ਖੁਦਾ ਦਾ ਵਚਨ ਜਿਹੜਾ ਆ ਉਹਦੇ ਨਾਲ ਸਾਨੂੰ ਆਪਣੇ ਆਪ ਨੂੰ ਤਿਆਰ ਕਰਨ ਦੀ ਜ਼ਰੂਰਤ ਹੈ। ਔਰ ਮਿਲਾਪ ਦੀ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ, ਆਮੀਨ। ਮਿਲਾਪ ਦੀ ਖੁਸ਼ਖਬਰੀ ਦਾ ਮਤਲਬ ਕਿ ਸਾਨੂੰ ਆਪਣੇ ਖੁਦਾ ਦੇ ਨਾਲ ਮਿਲਣਾ ਹੈ, ਸਾਨੂੰ ਉਸ ਦੇ ਨਾਲ ਅੰਤ ਦੇ ਦਿਨਾਂ ਵਿੱਚ ਜਦੋਂ ਉਹ ਆਪਣੀ ਆਗਮਨ ਦੇ ਨਾਲ ਆਵੇਗਾ, ਆਪਣੀ ਸੈਕਿੰਡ ਕਮਿੰਗ ਆਫ ਜੀਸਸ ਜਿਹਦੀ ਕਿ ਅਸੀਂ ਵੇਟ ਕਰ ਰਹੇ ਹਾਂ ਉਹਦੇ ਵੇਲੇ ਆਵੇਗਾ ਅਤੇ ਸਾਨੂੰ ਕੀ ਆ ਉਸ ਸਮੇਂ ਉਹ ਲੈਣ ਦੇ ਲਈ ਆਵੇਗਾ ਤਾਂ ਸਾਨੂੰ ਉਸ ਸਮੇਂ ਜ਼ਰੂਰਤ ਆ ਵੀ ਅਸੀਂ ਆਪਣੀ ਜਿਹੜੀ ਆ ਪੈਰਾਂ ਦੇ ਵਿੱਚ ਜੁੱਤੀ ਪਾ ਕੇ ਉਹ ਤਿਆਰ ਹੋਈਏ ਤਾਂ ਕਿ ਅਸੀਂ ਉਸ ਸ਼ੈਤਾਨ ਦੇ ਅਗਨ ਬਾਣਾਂ ਨੂੰ ਜੋ ਸਾਡੇ 'ਤੇ ਹਮਲਾ ਕਰ ਰਹੇ ਆ ਜਾਂ ਉਸ ਸ਼ੈਤਾਨ ਨੂੰ ਜਿਹੜਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਕਰ ਰਿਹਾ ਅਸੀਂ ਉਸਨੂੰ ਹਾਰ ਦੇ ਸਕੀਏ ਔਰ ਆਪਣੀ ਜ਼ਿੰਦਗੀ ਨੂੰ ਖੁਦਾ ਦੇ ਲਈ ਅੱਗੇ ਵਧਾ ਸਕੀਏ। ਥੈਂਕ ਯੂ ਵੈਰੀ ਮੱਚ ਪਾਸਟਰ ਜੀ। ਗੋਡ ਬਲੈਸ ਯੂ ਰਿਬੈਕਾ, ਦੈਟ ਵਾਜ਼ ਲਵਲੀ ਕਿ ਖੁਦਾ ਨੇ ਕਿੰਨਾ ਸੋਹਣਾ ਕਲਾਮ ਦਿੱਤਾ ਹੈਗਾ ਆਪਣੇ ਆਪ ਨੂੰ ਕਿ ਤਿਆਰ ਹੋ ਕੇ ਕੋਈ ਵੀ ਕੰਮ ਹੈਗਾ, ਕੋਈ ਵੀ ਲੜਾਈ ਹੈਗੀ ਹੈ, ਤਿਆਰੀ ਹੋ ਕੇ ਜਾਣਾ ਹੈਗਾ ਔਰ ਖੁਦਾ ਨੇ ਪੂਰਾ ਆਪਾਂ ਨੂੰ ਆਲਰੇਡੀ ਦਿੱਤਾ ਹੋਇਆ ਸਭ ਕੁਛ ਜੋ ਕੁਛ ਆਪਾਂ ਨੂੰ ਜ਼ਰੂਰਤ ਹੈਗੀ ਹੈ। ਥੈਂਕ ਯੂ ਸੋ ਮੱਚ। ਮੈਂ ਬਹੁਤ ਤੇਰਾ ਥੈਂਕ ਯੂ ਕਰਨਾ ਚਾਹੁੰਦਾ ਹੈਗਾ ਕਿ ਤੁਸੀਂ ਕੀਮਤੀ ਵਕਤ ਆਪਣਾ ਕੱਢ ਕੇ ਔਰ ਸਾਡੇ ਕੋਲ ਅੱਜ ਆਏ ਹੈਗੇ ਹੈ। ਇਵੈਂਜਲਿਸਟ ਰਿਬੈਕਾ ਜੀ, ਥੈਂਕ ਯੂ ਵੈਰੀ ਮੱਚ ਫੋਰ ਬੀਇੰਗ ਮਾਈ ਗੈਸਟ। ਮਰਦ ਹੋ ਜਾਂ ਔਰਤ ਹੋ, ਮਸੀਹ ਦਾ ਪਿਆਰ, ਮਸੀਹ ਦਾ ਪ੍ਰਚਾਰ ਕਰਨਾ ਇੱਕ ਬਹੁਤ ਹੀ ਵੱਡੀ ਕਮਿਟਮੈਂਟ ਹੈ। ਇਸ ਕਾਲਿੰਗ ਲਈ ਦਲੇਰੀ ਔਰ ਰੂਹਾਨੀ ਬਰਕਤ ਚਾਹੀਦੀ ਹੈਗੀ ਹੈ। ਖੁਦਾ ਦਾ ਵਚਨ ਸਾਨੂੰ ਦੱਸਦਾ ਹੈਗਾ ਲੂਕਾ ਦੀ ਅੰਜੀਲ 8:1-3 ਐਤ ਦੇ ਵਿੱਚ, ਜੀਸਸ ਇਜ਼ ਅਰਥਲੀ ਮਿਨਿਸਟਰੀ ਵਾਜ਼ ਸਪੋਰਟਡ ਨਾਟ ਓਨਲੀ ਬਾਈ ਦ 12 ਮੇਲ ਡਿਸਾਈਪਲਸ ਬਟ ਆਲਸੋ ਬਾਈ ਸੈਵਰਲ ਵੁਮੈਨ ਡਿਸਾਈਪਲਸ ਹੂ ਫੋਲੋਡ ਹਿਮ ਐਂਡ ਸਰਵਡ ਹਿਮ ਐਕਟਿਵਲੀ। ਖੁਦਾਵੰਦ ਰਿਬੈਕਾ ਨੂੰ ਬਹੁਤ ਬਰਕਤ ਦੇਵੇ ਔਰ ਮੇਰੀ ਉਮੀਦ ਹੈ ਕਿ ਪ੍ਰਭੂ ਯਿਸੂ ਮਸੀਹ ਮੇਰੀਆਂ ਭੈਣਾਂ ਨੂੰ, ਮਾਵਾਂ ਨੂੰ ਤਾਂ ਧੀਆਂ ਨੂੰ ਹੋਰ ਵੀ ਇਸਤੇਮਾਲ ਕਰੇ। ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਫੋਰ ਜੁਆਇਨਿੰਗ ਮੀ। ਅੰਟਿਲ ਨੈਕਸਟ ਟਾਈਮ, ਜੈਮ ਸੀ। ਹੇ, ਇਫ ਯੂ ਲਾਈਕ ਦ ਸ਼ੋ, ਪਲੀਜ਼ ਮੇਕ ਸ਼ੋਰ ਯੂ ਹਿੱਟ ਦ ਸਬਸਕ੍ਰਾਈਬ ਬਟਨ ਨਾਓ। ਟਰਨ ਔਨ ਦੋਜ਼ ਨੋਟੀਫਿਕੇਸ਼ਨਸ ਸੋ ਯੂ ਡੋਨਟ ਮਿਸ ਦ ਨੈਕਸਟ ਸ਼ੋ। ਕੀਪ ਵਾਚਿੰਗ ਐਂਡ ਸਟੇ ਬਲੇਸਡ।